ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम्स ਸਟੱਡੀ ਵਿਦ ਜੋਬ ਅਲਰਟ ਤੇ ਸੋ ਅੱਜ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਜੋ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਤਾਂ ਇਹ ਅਪਡੇਟ ਆਈ ਹੈ 4161 ਜੋ ਮਾਸਟਰ ਕੇਡਰ ਭਰਤੀ ਹੋਈ ਸੀ ਤਾਂ ਨਿਯੁਕਤੀ ਪੱਤਰਾਂ ਤੇ ਜੋ ਗੱਲ ਲਿਖੀ ਗਈ ਹੈ ਸੋ ਇਹ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਤਾਂ ਇਸ ਤਰ੍ਹਾਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਵੰਬਰ ਮਹੀਨੇ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਆਪ ਸਰਕਾਰ ਦੇ ਵੱਡੇ ਦਾਅਵੇ ਤੇ ਇਸ਼ਤਿਹਾਰ ਮਾਤਰਾ ਸਿਆਸੀ ਜੁਮਲੇ ਸਾਬਤ ਹੋਏ ਨੇ ਜਿਨ੍ਹਾਂ ਦਾ ਠੋਸ ਪ੍ਰਮਾਣ ਪਿਛਲੇ ਦਿਨੀ ਨਵਨਿਯੁਕਤ 41 61 ਮਾਸਟਰ ਕਲਾਸ ਅਧਿਆਪਕਾਂ ਨੂੰ ਜਾਰੀ ਕੀਤੇ ਗਏ ਨਿਯੁਕਤੀ ਪੱਤਰਾਂ ਦੇ ਵਿੱਚ ਹੈ ਜਿਹੜਾ ਮਿਲਿਆ ਇਸ ਦੌਰਾਨ ਫਰੰਟ ਨੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਰੱਖੇ ਸਮਾਗਮ ਦੇ ਵਿੱਚ ਮੁੱਖ ਮੰਤਰੀ ਭਵਤਮਾਨ ਵੱਲੋਂ ਉਮੀਦਵਾਰਾਂ ਨੂੰ ਵੰਡੇ ਗਏ ਇਹਨਾਂ ਨਿਯੁਕਤੀ ਪੱਤਰਾਂ ਦੇ ਵਿੱਚ ਸਪਸ਼ਟ ਤੌਰ ਤੇ ਨਵੀਂ ਪੈਨਸ਼ਨ ਸਕੀਮ ਹੀ ਲਾਗੂ ਹੋਣ ਦੀਆਂ ਹਦਾਇਤਾਂ ਦਰਜ ਕੀਤੀਆਂ ਗਈਆਂ ਨੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਕਿਹਾ ਗਿਆ ਕਿ ਫਰੰਟ ਆਪ ਸਰਕਾਰ ਦੇ ਦੋਹਰੇ ਕਿਰਦਾਰ ਤੇ ਪੁਰਾਣੀ ਪ ਕੇਵਲ ਸਿਆਸੀ ਲਾਹੇ ਦੇ ਮਕਸਦ ਲਈ ਵਰਤਣ ਲਈ ਵਰਤਣ ਵਾਲੀ ਜਿਹੜੀ ਪਹੁੰਚ ਦੀ ਨਿਖੇਦੀ ਕਰਦਾ ਹੈ। ਫਰੰਟ ਦੇ ਸੂਬਾ ਕਨਵੀਨਰ ਅਤेंद्रਪਾਲ ਸਿੰਘ ਜ਼ੋਨ ਕਨਵੀਨਰਾਂ ਗੁਰਵਿੰਦਰ ਖਹਿਰਾ, ਜਸਵੀਰ ਭੱਮਾ, ਰਵਿੰਦਰ ਅਲੂਵਾਲ ਨੇ ਕਿਹਾ ਕਿ ਫਰੰਟ ਵੱਲੋਂ ਆਪ ਸਰਕਾਰ ਦੇ ਬਿਨਾਂ ਸਪਸ਼ਟ ਵਿਧੀ ਵਿਧਾਨ ਮਿੱਤੀ ਅਤੇ ਢੰਗ ਪ੍ਰਣਾਲੀ ਨੂੰ ਅਪਣਾ ਕੇ ਜਾਰੀ ਕੀਤੇ ਪੁਰਾਣੀ ਪੈਨਸ਼ਨ ਦੇ ਨੋਟੀਫਿਕੇਸ਼ਨ ਬਾਰੇ ਲਗਾਤਾਰ ਖਦਸ਼ਾ ਜਿਹੜਾ ਪ੍ਰਗਟਾਇਆ ਜਾਂਦਾ ਰਹੇ। ਉਨਾ ਕਹਿ ਕਿ 프ਰੰਟ ਵੱਲੋਂ ਮੰਗ ਕੀਤੀ ਗਈ ਸੀ ਕਿ ਸਰਕਾਰ ਨਵੀਂ ਪੈਨਸ਼ਨ ਸਕੀਮ ਐਨ ਪੀ ਐਸ ਨੂੰ ਮੁਕੰਮਲ ਰੂਪ ਵਿੱਚ ਵਾਪਸ ਲੈਣ ਤੇ ਪੈਨਸ਼ਨ ਐਕਟ 1972 ਅਰਥਾਤ ਪੁਰਾਣੀ ਪੈਨਸ਼ਨ ਦੇ ਸਮੁੱਚੇ ਲਾਭਾਂ ਦੀ ਗਾਰੰਟੀ ਕਰਦਾ ਨੋਟੀਫਿਕੇਸ਼ਨ ਸਮਾਬੰਦ ਢੰਗ ਨਾਲ ਜਾਰੀ ਕਰੇ ਸੋ ਬਾਕੀ ਇਹ ਦੇ ਰਿਗਾਰਡਿੰਗ ਅੱਗੇ ਜੋ ਅਪਡੇਟਸ ਹੋਣਗੀਆਂ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ